ਆਦਿ ਸ਼ਿਵ ਮੰਦਰ ਮੁਹੱਲੇ ਵਿੱਚ ਤੰਗ ਇਲਾਕੇ 'ਚ ਸ਼ਿਵ ਮੰਦਰ ਅਤੇ ਮਕਾਨਾਂ ਦੇ ਥੱਲਿਓ 15 ਫੁੱਟ ਡੂੰਘੀ ਜ਼ਮੀਨ ਧਸੀ ਹੋਇਆ ਨੁਕਸਾਨ ਦੇਖੋ ਹੈਰਾਨੀਜਨਕ ਤਸਵੀਰਾਂ। ਬਟਾਲਾ ਸ਼ਹਿਰ ਦੇ ਪੁਰਾਣੇ ਇਲਾਕੇ ਸ਼ਿਵ ਮੰਦਰ ਮੁਹੱਲਾ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਇਤਿਹਾਸਿਕ ਸ਼ਿਵ ਮੰਦਰ ਅਤੇ ਨਾਲ ਲੱਗਦੇ ਘਰਾਂ ਦੇ ਥੱਲਿਓਂ 15 ਫੁੱਟ ਦੇ ਕਰੀਬ ਜ਼ਮੀਨ ਹੇਠਾਂ ਖਿਸਕ ਗਈ ਹੈ। ਅਗਰ ਕੁਦਰਤ ਨੇ ਹੋਰ ਗਰੋਪੀ ਦਿਖਾਈ ਤਾਂ ਮੰਦਰ ਦਾ ਤਾਂ ਨੁਕਸਾਨ ਹੋਵੇਗਾ ਹੈ, ਨਜ਼ਦੀਕੀ ਘਰ ਵੀ ਇਸ ਦੀ ਲਪੇਟ ਵਿੱਚ ਆ ਜਾਣਗੇ। ਇੱਥੇ ਆਮ ਵਸਨੀਕਾਂ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ 15 ਫੁੱਟ ਦੇ ਕਰੀਬ ਸ਼ਿਵ ਮੰਦਰ ਅਤੇ ਨਾਲ ਲੱਗਦੇ ਇਲਾਕੇ ਜ਼ਮੀਨ ਹੇਠਾਂ ਖਿਸਕ ਗਈ ਹੈ ਅਤੇ ਪ੍ਰਸ਼ਾਸਨ ਨੂੰ ਫੋਨ ਕੀਤਾ ਗਿਆ, ਪਰ ਪ੍ਰਸ਼ਾਸਨ ਦੇ ਅਧਿਕਾਰੀ 3 ਘੰਟੇ ਲੇਟ ਉੱਥੇ ਪਹੁੰਚੇ ਅਤੇ ਨਗਰ ਨਿਗਮ ਦੇ ਐਸਟੀਓ ਰੋਹਿਤ ਉੱਪਲ ਨੇ ਕਿਹਾ ਕਿ ਜ਼ਮੀਨ ਕਾਫ਼ੀ ਹੇਠਾਂ ਧਸ ਗਈ ਹੈ ਅਤੇ ਆਸ ਪਾਸ ਦੇ ਘਰਾਂ ਅਤੇ ਮੰਦਰ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ ਤਾਂ ਕਿ ਕੋਈ ਵੱਡਾ ਨੁਕਸਾਨ ਨਾ ਹੋ ਸਕੇ। ਇਸ ਜਗ੍ਹਾ ਨੂੰ ਦੇਖਿਆ ਜਾਵੇਗਾ ਕਿ ਕਿਸ ਕਾਰਨ ਜ਼ਮੀਨ ਹੇਠਾਂ ਖਿਸਕੀ ਹੈ। ਵਾਰਡ ਨੰਬਰ 27 ਚ ਅਸੀਂ ਖੜੇ ਹਾਂ ਸ਼ਿਵ ਸ਼ੰਕਰ ਮੁਹੱਲਾ ਚ। ਇੱਥੇ ਭੋਲੇ ਸ਼ੰਕਰ ਦਾ ਮੰਦਰ ਹੈ ਜੋ 35 ਸਾਲ ਪੁਰਾਣਾ ਹੈ ਔਰ ਉਸ ਦੇ ਆਲੇ ਦੁਆਲੇ ਦੀ 15-15 ਫੁੱਟ ਜ਼ਮੀਨ ਉਹਦੇ ਆਲੇ ਦੁਆਲੇ ਦੀ ਬੈਠ ਗਈ ਹੈ ਔਰ ਇੱਕ ਨਾਲ ਮਕਾਨ ਹੈ ਉਹਦੀਆਂ ਨੀਹਾਂ ਸਮੇਤ 15-15 ਫੁੱਟ ਅੱਧੇ ਮਕਾਨ ਦਾ ਉਹ ਵੀ ਹਿੱਸਾ ਬੈਠ ਗਿਆ। ਔਰ ਪਹਿਲੀ ਗੱਲ ਇਹ ਹੈ ਕਿ 3.5 ਘੰਟੇ ਲਗਾਤਾਰ SDM ਸਾਹਿਬ ਨੂੰ ਫੋਨ ਕੀਤੇ। SDM ਸਾਹਿਬ ਨੇ ਮੇਰਾ ਵੀ ਉਸ ਤੋਂ ਪਹਿਲੇ ਕੋਈ 20-25 ਫੋਨ ਰਿਕਾਰਡ ਚੈੱਕ ਕੀਤੇ ਜਾ ਸਕਦੇ ਆ, ਉਹਨਾਂ ਨਾਲ ਕਿਸੇ ਦਾ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਫਿਰ ਮੈਂ SDO ਸਾਹਿਬ ਨੂੰ ਫੋਨ ਕੀਤਾ ਉੱਪਲ ਜੀ ਨੂੰ, ਉਹਨਾਂ ਨੇ ਮੇਰਾ ਫੋਨ ਜ਼ਰੂਰ ਸੁਣਿਆ ਔਰ ਮੈਂ ਕਿਹਾ ਸਾਡਾ ਤਾਂ ਫੋਨ SDO ਸਾਹਿਬ ਨਹੀਂ SDM ਸਾਹਿਬ ਨਹੀਂ ਸੁਣਦੇ ਪਏ, ਤੁਸੀਂ ਕਰ ਲਓ ਮੇਰੇ ਕੋਲ ਰਿਕਾਰਡਿੰਗ। ਇਹ 3.5 ਘੰਟੇ ਬਾਅਦ SDO ਉੱਪਲ ਆਇਆ ਔਰ ਆ ਕੇ ਉਹਨਾਂ ਨੇ ਕਿਹਾ, ਮੈਂ ਜਿਹੜੀ ਗੱਲ ਕਰਨ ਵਾਲੀ ਹੈ SDO ਨੇ ਮੇਰੇ ਰਿਕਾਰਡ ਹੈ, ਉਹਨਾਂ ਨੇ ਕਿਹਾ SDM ਸਾਹਿਬ ਮੇਰਾ ਵੀ ਫੋਨ ਨਹੀਂ ਸੁਣਦੇ ਪਏ, ਇੱਕ ਐਮਰਜੈਂਸੀ ਘਟਨਾ ਹੈ, ਉੱਪਲ ਸਾਹਿਬ ਦਾ SDO ਸਾਹਿਬ ਦਾ ਹੀ ਫੋਨ SDM ਸਾਹਿਬ ਨਹੀਂ ਸੁਣ ਰਹੇ। ਚਲੋ ਇਹ 3.5 ਘੰਟੇ ਬਾਅਦ ਆਏ ਨੇ, ਇਹ ਹੁਣ ਦੇਖਣਗੇ ਕੀ ਕਰਨਾ, ਲੇਕਿਨ ਇਹਦਾ ਕਾਰਨ ਜੋ ਨਜ਼ਰ ਆਉਂਦਾ ਸੀਰਜ ਇਸ ਏਰੀਆ 'ਚ ਵਾਰ ਵਾਰ ਬੰਦ ਰਹਿੰਦਾ ਔਰ ਵਾਰ ਵਾਰ ਸ਼ਿਕਾਇਤ ਕਰਨ ਤੋਂ ਬਾਅਦ 10-15 ਦਿਨ ਬੰਦਦੇ ਨੇ, ਗੋਂਗਲੂਆਂ ਤੋਂ ਮਿੱਟੀ ਝਾੜ ਕੇ ਚੱਲ ਜਾਂਦੇ ਨੇ, 1-2-4 ਦਿਨ ਚੱਲਦਾ ਫਿਰ ਉੱਥੇ ਦੇ ਉੱਥੇ ਜੋ ਸੀਵਰੇਜ ਬਲਾਕ ਰਹਿੰਦਾ ਉਹਦੇ ਪਾਣੀ ਨੇ ਕੋਈ ਰਸਤਾ ਲੱਭਣਾ। ਇਹ ਜੋ ਸਾਰੀ ਘਟਨਾ ਨਜ਼ਰ ਆਉਂਦੀ ਪਈ ਹੈ ਉਹੀ ਸੀਵਰੇਜ ਦੇ ਬਲਾਕ ਦੀ ਹੈ, ਜਿਹੜਾ ਅੰਡਰਗਰਾਊਂਡ ਜਾਂਦਾ ਰਿਹਾ ਅੱਜ ਅਚਨਚੇਤ ਬਹਿ ਗਿਆ। ਬਹਿ ਗਿਆ ਕਿਸੇ ਨੂੰ ਪਤਾ ਨਹੀਂ ਸੀ, ਲੇਕਿਨ ਸਾਡੇ ਨੁਕਸਾਨ ਜਾਨੀ ਮਾਲੀ ਲੰਘਦਿਆਂ ਆਉਂਦਿਆਂ ਜਾਂਦਿਆਂ ਕੁਛ ਲੋਕ ਦੱਬ ਕੇ ਮਰ ਸਕਦੇ ਸੀ। ਇਹ ਮਕਾਨ ਹੈ, ਚਲੋ ਅੱਧਾ ਹਿੱਸਾ ਦਾ ਬਹਿ ਗਿਆ, ਅੱਧੇ ਹਿੱਸੇ ਦੇ ਸਿਰ ਤੇ ਇਸ ਵੇਲੇ ਤਾਂ ਖੜਾ, ਇਹ ਮਕਾਨ ਵੀ ਉਸ ਵੇਲੇ ਬਹਿ ਸਕਦਾ ਹੈ। ਹੁਣ ਜਿਸ ਜ਼ਮੀਨ ਤੇ ਅਸੀਂ ਖੜੇ ਹਾਂ ਕੀ ਪਤਾ ਵੀ ਗੱਲ ਕਰਦਿਆਂ ਕਰਦਿਆਂ ਬਹਿ ਜਾਣੀ ਹੈ, ਕਿਉਂਕਿ ਆਲਾ ਦੁਆਲਾ ਬਹੁਤ ਖੋਖਲਾ, ਜੋ ਟਾਈਲਾਂ ਨਜ਼ਰ ਆਉਂਦੀਆਂ ਵੀ ਇਹਦੇ ਥੱਲੇ ਵੀ ਖਾਲੀ ਹੋ ਚੁੱਕਾ। ਸਰ ਦੇਖੋ ਸਾਨੂੰ ਜਿੱਦਾਂ ਪਤਾ ਲੱਗਾ ਆਪਣੇ ਗੌਰਵ ਜੀ ਨਾਲ ਮੇਰੀ ਗੱਲ, ਗੌਰਵ ਜੀ ਤੁਸੀਂ ਤੁਹਾਡਾ ਨਾਮ ਜੀ, ਗੌਰਵ ਜੀ ਨਾਲ ਗੱਲ ਹੋਈ ਹੈ ਜੀ, ਮੈਨੂੰ ਫੋਨ ਨੰਬਰ ਆਇਆ ਤੇ ਉਹ ਕਹਿੰਦੇ ਕਿ ਇਹਨਾਂ ਨਾਲ ਗੱਲ ਕਰਾਉਣੀ ਅਰਜੈਂਟ ਕੰਮ ਹੈ ਤੇ ਮੈਂ ਉਸੇ ਵੇਲੇ ਗੱਲ ਕੀਤੀ ਔਰ ਉਹ ਕਹਿੰਦੇ ਵੀ ਇੱਥੇ ਆ ਕੋਈ ਕੋਲ ਪਿਆ ਔਰ ਵਿਦਇਨ 10 ਮਿੰਟਸ ਮੈਂ ਇੱਥੇ 10 ਮਿੰਟ ਕੋਲ ਉਹਨਾਂ ਨਾਲ ਗੱਲ ਨੂੰ 10 ਮਿੰਟ ਪਹੁੰਚ ਗਿਆ। ਸਰ ਇਹਦੇ ਬਾਰੇ ਕੁਛ ਨਹੀਂ ਕਹਿ ਸਕਦੇ ਜੀ, ਇਹ ਤੇ ਹੁਣ ਜਦੋਂ ਟੀਮ ਸਾਰੀ ਆਣਗੀਆਂ ਸਾਰੇ ਰਲ ਮਿਲ ਕੇ ਆਪਰੇਸ਼ਨ ਹੋਏਗਾ, ਇਹ ਇਕੱਲੇ ਕਾਰਪੋਰੇਸ਼ਨ ਦੇ ਲੈਵਲ ਦੀ ਗੱਲ। ਸਰ ਕਾਰਨ ਵੀ ਨਹੀਂ ਵਾਲੇ ਦੱਸਿਆ ਜਾ ਸਕਦਾ ਕਿਉਂਕਿ ਜਿੰਨਾ ਚਿਰ ਕੋਈ ਥੱਲੇ ਜਾਏਗੀ ਨਹੀਂ ਟੀਮ ਜਾਂ ਕੁਛ, ਉਹਨਾਂ ਦੇ ਕਾਰਨ ਨਹੀਂ ਪਤਾ ਲੱਗ ਸਕਦਾ। ਨੁਕਸਾਨ ਬਹੁਤ ਹੋ ਸਕਦਾ ਜੀ, ਨੁਕਸਾਨ ਲੱਭ ਰਿਹਾ ਜੀ, ਅਗਰ ਇਹ ਬਿਲਡਿੰਗ ਥੱਲੇ ਡੇ ਜਾਏ ਤਾਂ ਜਾਨੀ ਮਾਲ ਨੁਕਸਾਨ ਹੋ ਸਕਦਾ ਸੀ ਮੌਕੇ ਤੇ ਜੀ। ਸਰ ਮੌਕੇ ਤੇ ਟੀਮਸ ਬੁਲਾ ਕੇ ਕੰਬਾਈਨ ਆਪਰੇਸ਼ਨ ਹੋਊਗਾ ਜੀ, ਦੇਖਾਂਗੇ ਪਹਿਲਾਂ ਕਿੱਥੇ ਤੱਕ ਕੀ ਕਾਰਨ ਹੈ, ਕੀ ਬਣਿਆ ਇੱਥੇ, ਉਸ ਤੋਂ ਬਾਅਦ ਇੱਥੇ ਕਾਰਵਾਈ ਕੀਤੀ ਜਾਏਗੀ ਜੀ। ਇਨ ਵੀਡੀਓ ਆਪਾਂ ਇਹੀ ਲੋਕਾਂ ਨੂੰ ਅਪੀਲ ਕਰਾਂਗੇ ਜੀ,
ਪਲੀਜ਼ ਲਾਗੇ ਦਾ ਅਗਲੇ ਸ਼ਿਵ ਮੰਦਿਰ ਵਾਲੇ ਔਰ ਲਾਗੇ ਦਾ ਘਰ ਵਾਲੇ ਆਪਣਾ ਮਕਾਨ ਪਲੀਜ਼ ਖਾਲੀ ਕਰ ਦਿਓ ਜੀ। ਸ਼ਿਫਟ ਹੋ ਕੇ ਦੋ ਤਿੰਨ ਚਾਰ ਦਿਨ ਲਈ ਪਰ ਉਸ ਚੱਲ ਜਾਓ ਜਦ ਤੱਕ ਇਹਦਾ ਮਸਲਾ ਨਹੀਂ ਹੱਲ ਹੁੰਦਾ, ਜਿੰਨਾ ਸਾਡੇ ਧਿਆਨ 'ਚ ਨਹੀਂ ਆਉਂਦਾ ਵੀ ਇੱਥੇ ਕਾਰਨ ਕੀ ਹੈ ਔਰ ਇਹਦਾ ਹੱਲ ਕੀ ਹੋ ਸਕਦਾ।